ਜਿਹੜਾ ਵੈਲਵੇਟ ਹੈਗਾ ਆ ਜਿਹਨੂੰ ਆਪਾਂ ਪੰਜਾਬੀ ਵਿੱਚ ਸ਼ਨੀਲ ਜਾਂ ਮਖਮਲ ਇਹ ਵੀ ਕਹਿ ਲੈਂਦੇ ਹਾਂ ਇਹ ਪਹਿਲਾਂ ਬਹੁਤ ਬੜਾ ਬਹੁਤ ਐਕਸਪੈਂਸਿਵ ਕੱਪੜਾ ਮੰਨਿਆ ਜਾਂਦਾ ਔਰ ਹਮੇਸ਼ਾ ਐਸੋਸੀਏਟ ਹੋਇਆ ਆ ਰੋਇਲਟੀ ਨਾਲ ਜਿਵੇਂ ਮੁਗਲ ਪੀਰੀਅਡ ਜਾਂ ਉਹਦੇ ਵਿੱਚ ਇਹ ਬਾਹਰੋਂ ਵੀ ਆਉਂਦਾ ਸੀ ਔਰ ਬਹੁਤ ਛੋਟੀ ਤਾਇਦਾਦ ਛੋਟੇ ਪੈਮਾਨੇ ਵਿੱਚ ਇੰਡੀਆ ਵਿੱਚ ਵੀ ਇੱਕ ਦੋ ਰੈਫਰੈਂਸਿਸ ਹੈ ਕਿ ਇਹ ਬਣਦਾ ਸੀਗਾ ਸੋ ਇਹ ਬੇਸਿਕਲੀ ਪਾਇਲ ਕਾਰਪੇਟ ਹੈ ਪਾਇਲ ਕਲੋਥ ਹੈ ਕਿ ਉੱਪਰ ਇਹਦੇ ਵਿੱਚ ਥੋੜ੍ਹਾ ਜਿਵੇਂ ਕਾਰਪੇਟ ਹੁੰਦਾ ਨਾ ਉਭਰਿਆ ਆ ਉੱਪਰਲਾ ਹਿੱਸਾ ਹੁੰਦਾ ਆ ਤਾਂ ਪਰ ਇਹ ਜਿਵੇਂ ਮੈਂ ਇੰਡਸਟਰੀਅਲ ਰੈਵੋਲਿਊਸ਼ਨ ਦੀ ਗੱਲ ਕੀਤੀ ਇਨ 19th ਸੈਂਚਰੀ ਵਿੱਚ ਜਦੋਂ ਇੰਡਸਟਰੀਅਲ ਰੈਵੋਲਿਊਸ਼ਨ ਦੇ ਅੰਦਰ ਬਹੁਤ ਨਵੇਂ ਨਵੇਂ ਕੱਪੜੇ ਉਹਨਾਂ ਨੇ ਡਿਵੈਲਪ ਕੀਤੇ ਉਹਨਾਂ ਨੇ ਇੱਕ ਮੈਥਡ ਵੈਲਵੇਟ ਨੂੰ ਬਣਾਉਣ ਦਾ ਵੀ ਡਿਵੈਲਪ ਕੀਤਾ ਜੋ ਕਿ ਬਹੁਤ ਆਮ ਲੋਕਾਂ 'ਚ ਬਹੁਤ ਅਫੋਰਡੇਬਲ ਹੋ ਗਿਆ ਔਰ ਆਮ ਲੋਕ ਇਹਨੂੰ ਪਹਿਨਣ ਲੱਗੇ ਉਸ ਲਿਹਾਜ਼ ਨਾਲ ਇਹ ਇੰਡੀਆ ਵੀ ਬਹੁਤ ਆਇਆ ਮੈਨੂੰ ਯਾਦ ਹੈ ਕਿ ਮੇਰੀ ਫੈਮਿਲੀ ਵਿੱਚ ਵੀ ਮੇਰੇ ਆਂਟਸ ਔਰ ਮੇਰੀ ਮਦਰ ਉਹਨਾਂ ਕੋਲ ਇਹ ਸ਼ਰਟਸ ਜਨਰਲੀ ਸ਼ਰਟਸ ਹੀ ਬਣਾਉਂਦੇ ਸੀ ਵੈਲਵੇਟ ਦੀਆਂ ਸਲਵਾਰ ਥੋੜ੍ਹੀ ਜਿਹੀ ਕਈ ਸਲਵਾਰ ਵੀ ਬਣਾ ਲੈਂਦੇ ਸੀ ਬੋਸਕੀ ਸਿਲਕ ਸੀ ਪਰ ਇਹ ਜਿਵੇਂ ਦੋ ਘੋੜੇ ਦੀ ਬੋਸਕੀ ਹੈ ਇਹ ਚਾਈਨਾ ਤੋਂ ਜਨਰਲੀ ਚਾਈਨਾ ਵਿੱਚ ਵੀ ਆਉਂਦੀ ਹੈ ਉਹ ਮੈਂ ਦੇਖਿਆ ਜਿਹੜੀ ਇੱਕ ਸਾਈਟ ਹੈ ਨਾ ਅਲੀ ਬਾਬਾ ਉਹਦੇ ਵਿੱਚ ਹਾਲੇ ਵੀ ਕੁਝ ਸਾਲ ਪਹਿਲਾਂ ਜਦੋਂ ਮੈਂ ਰਿਸਰਚ ਕਰ ਰਹੀ ਸੀ ਉਦੋਂ ਵੀ ਦੋ ਘੋੜਿਆਂ ਵਾਲੀ ਉਹ ਬੋਸਕੀ ਤਾਂ ਨਹੀਂ ਸਿਲਕ ਕਹਿ ਲਓ ਉਹ ਸੇਮ ਸਿੰਬਲ ਸੀਗਾ ਉਹਨਾਂ ਦਾ ਕੀ ਟ੍ਰੇਡਮਾਰਕ ਕਹਿ ਲਓ ਦੋ ਘੋੜੇ ਹੁੰਦੇ ਸੀਗੇ ਉਹ ਦੈਟ ਵਾਜ਼ ਉਹ ਨਾ ਪ੍ਰਿੰਟਡ ਹੁੰਦਾ ਸੀਗਾ ਕੱਪੜਿਆਂ ਉੱਤੇ ਸੋ ਉਹਦਾ ਨਾਮ ਦੋ ਘੋੜੇ ਦੀ ਬੋਸਕੀ ਜਨਰਲੀ ਕ੍ਰੀਮਿਸ਼ ਸਿਲਕ ਕਹਿ ਲਓ ਅਤੇ ਹੋਰ ਜਿਵੇਂ ਜਿਹੜੇ ਸ਼ੰਘਾਈ ਜਿਹੜੇ ਚਾਈਨਾ ਤੋਂ ਆਉਂਦੀ ਸੀਗੀ ਫਰੋਮ ਉਹਨਾਂ ਦੇ ਇਸ ਤਰ੍ਹਾਂ ਨਾਮ ਪੈ ਗਏ ਲੇਡੀ ਮਿੰਟਨ ਜਿਹੜੇ ਮਿੰਟੋ ਸੀਗੇ ਉਹਨਾਂ ਦੇ ਲਾਰਡ ਮਿੰਟੋ ਉਹਨਾਂ ਦੇ ਉਹਨਾਂ 'ਤੇ ਨਾਮ ਪੈ ਗਏ ਔਰ ਇੱਕ ਬਹੁਤ ਇੰਟਰਸਟਿੰਗ ਹੈ ਪੈਰਾਸ਼ੂਟ ਕਲੋਥ ਜਿਹੜੇ ਤੁਸੀਂ ਸ਼ਾਇਦ ਸੁਣਿਆ ਹੋਏਗਾ ਕਿ ਇਹ ਸਾਡੇ ਮੈਨੂੰ ਬਿਲਕੁਲ ਯਾਦ ਹੈ ਕਿ ਮੇਰੇ ਮਦਰ ਮੇਰੇ ਹੋਰ ਆਂਟਸ ਇਹ ਪੈਰਾਸ਼ੂਟ ਦਾ ਕੱਪੜਾ ਪਾਉਂਦੇ ਹੁੰਦੇ ਸੀਗੇ ਜਿਹੜਾ ਪੈਰਾਸ਼ੂਟ ਕਲੋਥ ਇਹ ਆਫਟਰ ਵਰਲਡ ਵਾਰ ਟੂ ਜਦੋਂ ਵਾਰ ਖਤਮ ਹੋ ਗਈ ਤਾਂ ਪੈਰਾਸ਼ੂਟ ਸਰਪਲਸ ਪੈਰਾਸ਼ੂਟ ਦਾ ਕੱਪੜਾ ਵਾਜ਼ ਨੋਟ ਨੀਡਿਡ ਸੋ ਉਹਨਾਂ ਨੇ ਇਸ ਤਰ੍ਹਾਂ ਡਾਈਵਰਟ ਕਰਤਾ ਇਹ ਬਾਜ਼ਾਰ ਵਿੱਚ ਮਿਲਦਾ ਸੀ ਐਂਡ ਜਿਹਨਾਂ ਤੋਂ ਮੈਂ ਇੰਟਰਵਿਊ ਕੀਤਾ ਉਹਨਾਂ ਨੇ ਕਿਹਾ ਕਿ ਛਤਰੀਆਂ ਮਿਲਦੀਆਂ ਸੀਗੀਆਂ ਸੋ ਓਬਵੀਅਸਲੀ ਉਹ ਜਿਵੇਂ ਪੈਰਾਸ਼ੂਟ ਦਾ ਜੋ ਜਿਵੇਂ ਉਹਦਾ ਸਟਰਕਚਰ ਹੈ ਇਨ ਟ੍ਰਾਇੰਗੂਲਰ ਫੋਰਮ ਉਸ ਤਰ੍ਹਾਂ ਮਿਲਦਾ ਸੀਗਾ ਔਰ ਜਨਰਲੀ ਐਂਡ ਇਹਨਾਂ ਦੋ ਓਪੀਨੀਅਨ ਸੀਗੀ ਲੋਕਾਂ ਦੀ ਕਿ ਇੱਕ ਤਾਂ ਡਾਇਬਲ ਹੈ ਕੋਈ ਕਹਿੰਦੇ ਸੀ ਕੋਈ ਕਹਿੰਦੇ ਸੀ ਇਹ ਰੰਗਿਆ ਨਹੀਂ ਜਾ ਸਕਦਾ ਸੋ ਮੈਂ ਜ਼ਰਾ ਡੀਪਰ ਇਹਦੇ ਵਿੱਚ ਰਿਸਰਚ ਕਰਕੇ ਇਸ ਕੰਕਲੂਜਨ 'ਤੇ ਪਹੁੰਚੀ ਹਾਂ ਤਾਂ ਜਿਹੜਾ ਤਾਂ ਪਹਿਲਾਂ ਪੈਰਾਸ਼ੂਟ ਸੀਗਾ ਉਹ ਸਿਲਕ ਦਾ ਬਣਿਆ ਹੁੰਦਾ ਸੀਗਾ ਔਰ ਉਹਦੀ ਇੰਪੋਰਟੈਂਸ ਬਹੁਤ ਬਣ ਰਹੀ ਆ ਅਮੰਗ ਯੂਰੋਪੀਅਨ ਜਿਵੇਂ ਇਨ ਯੂਰਪ ਪੈਰਿਸ ਔਰ ਇੰਗਲੈਂਡ ਕਿ ਜਦੋਂ ਪੈਰਾਸ਼ੂਟ ਨੀਚੇ ਗਿਰਦਾ ਸੀਗਾ ਤਾਂ ਲੇਡੀਜ਼ ਨਾ ਉਹ ਐਕਚੁਲੀ ਉਹਨਾਂ ਨੂੰ ਰੱਖਣਾ ਅਲਾਊਡ ਨਹੀਂ ਸੀ ਉਹ ਫਟਾਫਟ ਚੋਰੀ ਛੁਪ ਕੇ ਜਾ ਕੇ ਉਹਨੂੰ ਲੈ ਕੇ ਛੁਪਾ ਲੈਂਦੇ ਸੀਗੇ ਉਹ ਤਾਂ ਕਿਉਂਕਿ ਉਹਨਾਂ ਦੀਆਂ ਐਟ ਵਨ ਟਾਈਮ ਵੈਡਿੰਗ ਡਰੈਸਿਸ ਉਹਨਾਂ ਕਿਉਂਕਿ ਵਰਲਡ ਵਾਰ ਟੂ ਦੇ ਵਿੱਚ ਕੱਪੜਾ ਬਹੁਤ ਲਿਮਿਟਿਡ ਸੀਗਾ ਔਰ ਉਹ ਉਹਨਾਂ ਨੂੰ ਕੱਪੜਾ ਇੰਨਾ ਅਵੇਲੇਬਲ ਨਹੀਂ ਸੀ ਰੈਸ਼ਨ ਵੀ ਸੀਗਾ ਉਹਨਾਂ ਦਾ ਕੱਪੜਾ ਤਾਂ ਉਹਦੀਆਂ ਵੈਡਿੰਗ ਡਰੈਸ ਬਣਾਉਂਦੇ ਸੀਗੇ ਸੋ ਇਹ ਜਿਹੜਾ ਇਹ ਸਿਲਕ ਦਾ ਫੈਬਰਿਕ ਸੀਗਾ
प्लस पर जदों अमेरिका केम इन टू द वॉर उन्हां दा वॉज नायलॉन या पॉलीएस्टर जिहड़ा डाय नहीं सी हुंदा सो ये दो फैक्ट्स मैनू बड़े इंटरेस्टिंग लगे।